हाँ जी सत श्री अकाल दोस्तों, कैदा तो आप अज वीडियो लैके आए अपने ऑल द डैडिया वास्ते द्वारा अपने न्याणिया ते जनानिया लई बना लई सप्पे जी ओके नूडल्स जो भी तुसी कह लो। इस लिए आपां नूं चाहिदा की है, बड़ा सिंपल ईजी प्रोसैस है। आप यूज़ कर रहे हैं सोया दे जड़ा चूरा हुंदा आ, इहनूं पहला आपां बॉयल कर लांगे। तो वो आप लै रहे हैं ऑलमोस्ट एक तो डेढ़ कप, जे तुसी मीट खाते हो और मीट थोड़े को चिकन लैम बीफ कोई भी कीमा जो भी पसंद करते हो वो कीमा यूज़ कर सकते हो। अपना जो वेज आदा हैगा वेजिटेरियन वर्जन है, इस पावे आप पानी तो इनू थोड़ा जा उबलन रख देंगे। ओके जी, ये तो हो गया काम उबलन का। जब तक ये उबलता है इसलिए आपां नूं की चाहिए, मेरे को रेडीमेड पास्ता सॉस है वो यूज़ कर रहे हैं, थोड़ा टमाटो पेस्ट। अगर थोड़े को पास्ता सॉस नहीं है तो तुसी खाली टमाटर ना भी बना सकते हो, टमाटर नूं तड़का लगा के। गाजरां, प्याज, आलू, खूब सारा लसन, आप इत्थे ले ओलिव्स, कैपर्स, ए जिदा अपने कह लो हरा छोलिया होंदा उस टाइप दे होंदे, वेरी नाइस टेस्ट आंदा इहदा। ते ओलिव्स, ग्रीन ओलिव्स, इहनां नूं आपां सारा चॉप करके तैयार करदे हां, फिर तड़का लगावांगे, फिर बनावांगे पास्ता। सारे पापियां लई काम है। ओके, आपां नाल नाल आपां इत्थे पानी गर्म करदे हां अपने नूडल्स उबालन लई। लेट्स गो। जदों आपां अपना सोया दे जिहड़ा अपना चूरे नूं उबाल रहे हां, असीं इहदे च थोड़ा जिहा विनेगर पा देंगे एक डेढ़ चमचा। उहदे नाल इह होएगा जिहड़ी इहदी ड्राईनैस की स्मैल जी होंदी है वह चले जाएगी, तो इस स्मैल नहीं रहेगी। तो तुसी जदों भी अपना सब्जी बनाने लई यूज़ करो तो मेक श्योर थोड़ा जिहा सिरका पा दो।
ਜੀ ਆਪਣੇ ਜਿਹੜਾ ਇਹ ਸੋਇਆ ਜਿਹੜੇ ਹੈਗੇ ਆ ਬੋਇਲਡ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਛਾਣ ਲਾਂਗੇ ਇਹਦਾ ਸਾਰਾ ਅਸੀਂ ਜਿਹੜਾ ਛਾਣ ਲੈਂਦੇ ਹਾਂ ਆਪਾਂ ਹੁਣ ਥੋੜ੍ਹਾ ਜਿਹਾ ਠੰਡਾ ਪਾਣੀ ਪਾ ਲਾਂਗੇ ਜਿਹੜਾ ਇਹਦੀ ਵਿਨੇਗਰ ਦੀ ਆ ਵੀ ਜਿਹੜੀ ਥੋੜ੍ਹੀ ਜਿਹੀ ਸਮੈਲ ਹੋਏਗੀ ਉਹ ਵੀ ਚੱਲ ਜਾਏਗੀ ਅਤੇ ਇਹਨੂੰ ਕੋਲਡ ਵਾਟਰ ਨਾਲ ਆਪਾਂ ਧੋ ਲੈਂਦੇ ਹਾਂ ਆਪਾਂ ਥੋੜ੍ਹਾ ਜਿਹਾ ਉੱਤੇ ਠੰਡਾ ਪਾਣੀ ਪਾ ਕੇ ਧੋ ਲਿਆ ਇਹਨੂੰ ਜਿਹੜਾ ਇਹਦਾ ਵਿਨੇਗਰ ਦੀ ਸਮੈਲ ਸੀ ਜਾਂ ਜਿਹੜੀ ਇਹਦੀ ਸੋਇਆ ਦੀ ਡਰਾਈਨੈਸ ਦੀ ਸਮੈਲ ਹੁੰਦੀ ਆ ਉਹ ਵੀ ਚੱਲ ਜਾਏਗੀ ਅਤੇ ਇਹਨੂੰ ਆਪਾਂ ਉਹਨੂੰ ਰੱਖ ਦਿੰਦੇ ਹਾਂ ਥੋੜ੍ਹਾ ਪਾਣੀ ਨਿਕਲ ਦਿੰਦੇ ਹਾਂ ਦੇਖੋ ਜਿੱਦਾਂ ਆਪਣਾ ਇੱਦਾਂ ਤਾਂ ਪਾਣੀ ਬਣ ਜਾਂਦਾ ਪਾਣੀ ਡੋਲਤਾ ਇਹਨੂੰ ਆਪਾਂ ਰੱਖਦੇ ਹਾਂ ਥੋੜ੍ਹੀ ਦੇਰ ਜਿਹੜਾ ਬਾਕੀ ਦਾ ਪਾਣੀ ਆ ਉਹ ਵੀ ਨਿਕਲ ਜਾਏਗਾ ਫਿਰ ਉਹਦੇ ਬਾਅਦ ਆਪਾਂ ਜੇ ਤੜਕਾ ਲਗਾਵਾਂਗੇ ਫਿਰ ਪਾਉਂਦੇ ਹਾਂ ਆਪਾਂ ਦਾ ਪਾਣੀ ਆਪਾਂ ਕੈਟਲ 'ਚ ਉਬਾਲ ਲਿਆ ਸੀ ਥੋੜ੍ਹਾ ਪ੍ਰੋਸੈਸ ਨੂੰ ਫਾਸਟ ਕਰਨ ਲਈ ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਗਰਮ ਪਾਣੀ ਸੀਗਾ ਕੀਤਾ ਆ ਉਹ ਪਾਉਂਦੇ ਆਪਣੇ ਨੂਡਲਸ ਉਬਾਲਣ ਲਈ ਤੁਸੀਂ ਡਾਇਰੈਕਟ ਵੀ ਉਬਾਲ ਸਕਦੇ ਹੋ ਬਿਨਾਂ ਕੈਟਲ ਦੇ ਪਰ ਮੈਂ ਥੋੜ੍ਹਾ ਸ਼ਾਰਟਕੱਟ ਕਰਨ ਲਈ ਕੈਟਲ 'ਚ ਉਬਾਲਿਆ ਪਹਿਲਾਂ ਜਿਹੜਾ ਆਪਣਾ ਪਾਣੀ ਬੋਇਲ ਹੋ ਰਿਹਾ ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਲੂਣ ਅਤੇ ਥੋੜ੍ਹਾ ਜਿਹਾ 2 ਚਮਚੇ ਆਪਾਂ ਓਇਲ ਪਾਇਆ ਉਹਦੇ ਨਾਲ ਕੀ ਹੈ ਕਿ ਜਿਹੜਾ ਪਾਸਤਾ ਆ ਉਹ ਆਪਾਂ 'ਚ ਸਟਿੱਕ ਨਹੀਂ ਹੋਏਗਾ ਆਪਾਂ ਹੁਣ ਕੀ ਕਰ ਰਹੇ ਹਾਂ ਜਿਹੜਾ ਤੁਸੀਂ ਛੋਟਾ ਛੋਟਾ ਡਾਈਸ ਕਰ ਸਕਦੇ ਹੋ ਪਰ ਮੈਂ ਟਾਈਮ ਨੂੰ ਸ਼ਾਰਟ ਕਰਨ ਲਈ ਚੋਪਰ 'ਚ ਗਾਜਰਾਂ ਪਿਆਜ਼ ਇਹ ਥੋੜ੍ਹੇ ਥੋੜ੍ਹੇ ਕਰਸ਼ ਕਰ ਲੂੰਗਾ ਹਾਂ ਦੇਖੋ ਇੱਦਾਂ ਛੋਟਾ ਛੋਟਾ ਜ਼ਿਆਦਾ ਡਾਈਸ ਕਰ ਲਓ ਜਾਂ ਇੱਦਾਂ ਜਿੱਦਾਂ ਮੈਂ ਕਰਸ਼ ਕੀਤਾ ਇੱਦਾਂ ਕਰਸ਼ ਕਰ ਲਓ ਚੋਇਸ ਤੁਹਾਡੀ ਆਪਣੀ ਹੈ ਅਤੇ ਹੁਣ ਇਹਨੂੰ ਕੱਢ ਲੈਂਦੇ ਹਾਂ ਆਪਾਂ ਅਤੇ ਇੱਦਾਂ ਹੀ ਆਪਾਂ ਪਿਆਜ਼ ਕਰ ਲੈਂਦੇ ਹਾਂ ਕਿਉਂਕਿ ਜਿਹੜੇ ਆਪਣੇ ਸੋਇਆ ਹੈਗਾ ਉਹ ਵੀ ਇੱਦਾਂ ਦੇ ਚੰਕਸ ਹੈਗੇ ਆ ਅਤੇ ਜਦ ਸਬਜ਼ੀਆਂ ਵੀ ਇੱਦਾਂ ਦੀ ਹੋਣਗੀਆਂ ਤਾਂ ਬੜਾ ਵਧੀਆ ਜਿਹਾ ਟੈਕਸਚਰ ਔਰ ਟੇਸਟ ਆਉਂਦਾ ਹੈ ਆਪਾਂ ਇਹ 'ਚ ਹੁਣ ਪਿਆਜ਼ ਪਾ ਲੈਂਦੇ ਹਾਂ ਜਦ ਆਪਾਂ ਉਹ ਕਿਤੇ ਉੱਦਾਂ ਹੀ ਆਪਾਂ ਪਿਆਜ਼ ਥੋੜ੍ਹਾ ਜਿਹਾ ਕਰ ਲੈਣੇ ਆ ਇਹਦੇ ਨਾਲ ਆ ਕੇ ਥੋੜ੍ਹਾ ਜਲਦੀ ਹੋ ਜਾਂਦਾ ਨਹੀਂ ਤਾਂ ਤੁਸੀਂ ਹੌਲੀ ਹੌਲੀ ਛੋਟਾ ਛੋਟਾ ਵੀ ਚੌਪ ਕਰ ਸਕਦੇ ਹੋ ਇੱਕੋ ਹੀ ਚੀਜ਼ ਆ ਪਿਆਜ਼ ਵੀ ਹੋ ਗਿਆ ਹੁਣ ਆਪਣੇ ਆਪਾਂ ਹੁਣ ਤੜਕਾ ਲਾਉਂਦੇ ਹਾਂ ਅਤੇ ਤੜਕਾ ਲਾਉਣ ਲਈ ਆਪਾਂ ਜਾਂਦੇ ਹਾਂ ਕੜਾਹੀ ਦੇ ਉੱਤੇ ਕੜਾਹੀ ਸਾਡੀ ਗਰਮ ਹੈ ਇਹ 'ਚ ਆਪਾਂ ਯੂਜ਼ ਕਰ ਰਹੇ ਹਾਂ ਓਲੀਵ ਓਇਲ 2 ਤੋਂ 3 ਚਮਚੇ ਓਲੀਵ ਓਇਲ ਅਤੇ ਥੋੜ੍ਹਾ ਜਿਹਾ ਓਇਲ ਗਰਮ ਹੋ ਜਾਏ ਆਪਣਾ ਦੇਖੋ ਜਿੱਦਾਂ ਪਿਆਜ਼ ਵੀ ਸੇਮ ਡਾਈਸ ਹੋ ਗਿਆ ਪਿਆਜ਼ ਨੂੰ ਥੋੜ੍ਹਾ ਪਹਿਲਾਂ ਭੁੱਲ ਲਾਂਗੇ ਥੋੜ੍ਹਾ ਜਿਹਾ ਕਿ ਥੋੜ੍ਹਾ ਜਿਹਾ ਜਿੱਦਾਂ ਕੱਚਾਪਨ ਜਾਂ ਥੋੜ੍ਹਾ ਜਿਹਾ ਪਾਣੀ ਜਿਹੜਾ ਆ ਸੁੱਕ ਜਾਏਗਾ
ਆਪਾਂ ਇੱਥੇ ਆਲੂ ਵੀ ਪਾ ਲਏ ਆ ਹੁਣ ਆਪਾਂ ਆਲੂ ਕਰ ਲੈਂਦੇ ਹਾਂ ਇਹਦੇ ਵਿੱਚ ਇੱਦਾਂ ਹੀ ਆਪਣੇ ਆਲੂ ਵੀ ਕਰੱਸ਼ ਹੋ ਗਏ ਆ ਇਹਨਾਂ ਨੂੰ ਆਪਾਂ ਹੁਣ ਕੱਢ ਲੈਂਦੇ ਹਾਂ ਤੁਸੀਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਗਾਜਰਾਂ ਮਟਰ ਆਪਣਾ ਬਰੋਕਲੀ ਜ਼ੁਕੀਨੀ ਜੋ ਵੀ ਤੁਹਾਡੇ ਕੋਲ ਸਬਜ਼ੀ ਹੈਗੀ ਆ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਇਹ ਦੋ ਚਾਰ ਹੀ ਸਬਜ਼ੀਆਂ ਪਾਉਣੀਆਂ ਜ਼ਿਆਦਾ ਹੈਲਥੀ ਬਣਾਉਣਾ ਜ਼ਿਆਦਾ ਸਬਜ਼ੀਆਂ ਪਾ ਲਓ ਆਪਣਾ ਇਹ ਵੀ ਹੋ ਗਿਆ ਹੁਣ ਆਪਣਾ ਜਿਹੜਾ ਹੈਗਾ ਇੱਦਾਂ ਹੀ ਅਸੀਂ ਆਪਣਾ ਗਾਰਲਿਕ ਇਹ ਕਰ ਲਾਂਗੇ ਚਲੋ ਜੀ ਆਪਣਾ ਗਾਰਲਿਕ ਵੀ ਹੋ ਗਿਆ ਫਸਟ ਕਲਾਸ ਇਹ ਗਾਰਲਿਕ ਆਪਾਂ ਬਾਅਦ 'ਚ ਕੱਢਦੇ ਹਾਂ ਇਹਚੋਂ ਇਹ ਆਪਣਾ ਪਿਆਜ਼ ਹੋ ਗਿਆ ਥੋੜ੍ਹਾ ਜਿਹਾ ਇਹਨੂੰ ਜ਼ਿਆਦਾ ਆਪਾਂ ਤੜਕੇ ਵਾਂਗੂ ਲਾਲ ਨਹੀਂ ਕਰਨਾ ਇਹਦੇ ਵਿੱਚ ਪਾਵਾਂਗੇ ਆਪਣਾ ਗਾਜਰਾਂ ਅਤੇ ਆਲੂ ਜਿਹੜੇ ਆਪਾਂ ਕਰੱਸ਼ ਕੀਤੇ ਸੀਗੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਭੁੰਨ ਲਾਂਗੇ ਥੋੜ੍ਹਾ ਜਿਹਾ ਇਹ ਥੋੜ੍ਹੀ ਜਿਹੀ ਹੋ ਜਾਏਗੀ ਸਬਜ਼ੀ ਫਿਰ ਇਹ 'ਚ ਆਪਾਂ ਆਪਣਾ ਸੋਇਆਬੀਨ ਪਾ ਕੇ ਉਹਨੂੰ ਵੀ ਥੋੜ੍ਹਾ ਭੁੰਨਾਂਗੇ ਪਹਿਲਾਂ ਇਹਨੂੰ ਭੁੰਨ ਲੈਂਦੇ ਥੋੜ੍ਹਾ ਜਿਹਾ ਇਹ ਆਪਣੇ ਜਿਹੜਾ ਆਪਾਂ ਸਬਜ਼ੀ ਪਾਈ ਸੀ ਹੋ ਗਈ ਹੈ ਥੋੜ੍ਹੀ ਜਿਹੀ ਆਪਾਂ 'ਚ ਹੁਣ ਸੋਇਆ ਚੰਕਸ ਪਾ ਜਿਹੜਾ ਸੋਇਆ ਦਾ ਆਪਣਾ ਚੂਰਾ ਸੀ ਥੋੜ੍ਹਾ ਆਪਣਾ ਬੋਇਲ ਕੀਤਾ ਉਹ ਪਾ ਲਿਆ ਇਹਨੂੰ ਵੀ ਥੋੜ੍ਹੀ ਦੇਰ ਭੁੰਨਾਂਗੇ ਇੱਦਾਂ ਹੀ ਤੁਸੀਂ ਚਾਹੋ ਤਾਂ ਗਾਰਲਿਕ ਪਹਿਲਾਂ ਪਾ ਸਕਦੇ ਹੋ ਮੈਂ ਗਾਰਲਿਕ ਥੋੜ੍ਹਾ ਬਾਅਦ 'ਚ ਪਾਊਂਗਾ ਕਿਉਂਕਿ ਉਹ 'ਚ ਥੋੜ੍ਹੀ ਫਿਰ ਗਾਰਲਿਕ ਦੀ ਸਮੈਲ ਵਧੀਆ ਆਉਂਦੀ ਹੈ ਥੋੜ੍ਹਾ ਥੋੜ੍ਹਾ ਹਿਲਾਉਂਦੇ ਰਹੋ ਕਿਉਂਕਿ ਨਹੀਂ ਤਾਂ ਥੱਲੇ ਲੱਗੇਗਾ ਥੋੜ੍ਹਾ ਜਦੋਂ ਇਹ ਭੁੰਨ ਜਾਏਗਾ ਫਰਾਈ ਵਰਗਾ ਹੋ ਜਾਏਗਾ ਇਹਨੂੰ ਥੋੜ੍ਹਾ ਸੁੱਕੇ ਨੂੰ ਭੁੰਨਾਂਗੇ ਫਿਰ ਇਹਦੇ ਵਿੱਚ ਆਪਾਂ ਟਮਾਟੋ ਪੇਸਟ ਵਗੈਰਾ ਪਾਵਾਂਗੇ ਅਤੇ ਆਪਣੇ ਮਸਾਲੇ ਇਹਨੂੰ ਥੋੜ੍ਹੀ ਦੇਰ ਇਹਦੇ ਹੋਰ ਚਲਾਵਾਂਗੇ ਆਪਾਂ ਆਪਣਾ ਪਾਣੀ ਉਬਲ ਗਿਆ ਇਹ 'ਚ ਆਪਾਂ ਹੁਣ ਨੂਡਲਸ ਪਾ ਲੈਣੇ ਆਪਣੀਆਂ ਅਤੇ ਇਹਨੂੰ ਚਲਾ ਲਾਂਗੇ ਥੋੜ੍ਹਾ ਜਿਹਾ ਨਹੀਂ ਤਾਂ ਜੁੜ ਜਾਣੀਆਂ ਆਪਣੀਆਂ ਅਤੇ ਇਹਨੂੰ ਉਬਲਣ ਦਾਂਗੇ ਥੋੜ੍ਹੀ ਦੇਰ ਆਪਾਂ ਇਹਦੇ ਵਿੱਚ ਓਲਿਵਸ ਔਰ ਕੈਪਸ ਜਿਹੜੇ ਆਪਾਂ ਕੱਟੇ ਸੀ ਉਹ ਵੀ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਪਣਾ ਗਾਰਲਿਕ ਜਿਹੜਾ ਆਪਾਂ ਕਰੱਸ਼ ਕੀਤਾ ਸੀਗਾ ਇੱਦਾਂ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਜੋ ਓਇਲ ਦੇ ਵਿੱਚ ਮੈਂ ਇੱਦਾਂ ਪਾ ਰਿਹਾ ਥੋੜ੍ਹਾ ਗਾਰਲਿਕ ਦਾ ਫਲੇਵਰ ਅੱਛਾ ਆ ਜਾਂਦਾ ਚਾਹੋ ਤਾਂ ਥੋੜ੍ਹਾ ਜਿਹਾ ਇੱਥੇ ਤੇਲ ਪਾ ਸਕਦੇ ਹੋ ਆਪਣੀਆਂ ਨੂਡਲਸ ਵੀ ਉਬਲ ਰਹੀਆਂ ਆ ਆਪਣੀ ਇਹ ਸਬਜ਼ੀ ਹੋ ਗਈ ਹੈ ਥੋੜ੍ਹੀ ਜਿਹੀ ਆਪਣਾ ਜਿਹੜਾ ਟਮਾਟੋ ਇਹ 'ਚ ਪਾ ਦਾਂਗੇ ਥੋੜ੍ਹਾ ਜਿਹਾ 'ਚ ਪਾਣੀ ਪਾ ਕੇ ਇਹ
ਵਿੱਚ ਮੈਂ ਥੋੜ੍ਹਾ ਜਿਹਾ ਪਾ ਰਿਹਾ ਟਮਾਟੋ ਪੇਸਟ, ਥੋੜ੍ਹਾ ਐਕਸਟਰਾ ਫਲੇਵਰ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਇਹਨੂੰ ਚੰਗੀ ਤਰ੍ਹਾਂ ਪੱਕਣ ਦਾਂਗੇ। ਜੇ ਥੋੜ੍ਹੀ ਬਹੁਤ ਥੱਲੇ ਸਬਜ਼ੀ ਲੱਗ ਵੀ ਗਈ ਹੈ ਡਜ਼ਨ ਮੈਟਰ, ਵਧੀਆ ਫਲੇਵਰ ਆਏਗਾ ਕਿਉਂਕਿ ਆਪਾਂ ਸੁੱਕੀ ਭੁੰਨ ਰਹੇ ਸੀਗੇ। ਅਤੇ ਜਦੋਂ ਆਪਾਂ ਟਮਾਟੋ ਪੇਸਟ ਪਾ ਕੇ ਭੁੰਨਾਂਗੇ ਉਹ ਸਭ ਥੱਲੇ ਉਤਰ ਜਾਏਗਾ, ਪਰ ਮੇਕ ਸ਼ੋਰ ਉਹ ਸੜੇ ਨਹੀਂ, ਇੰਨਾ ਵੀ ਜ਼ਿਆਦਾ ਫਲੇਵਰ ਨਾ ਲੈ ਲਿਓ ਕਿ ਸੜ ਜਾਏ। ਅਤੇ ਆਪਣੀ ਨੂਡਲਸ ਵੀ ਆਲਮੋਸਟ ਉਬਲ ਰਹੀਆਂ, ਹੋਣ ਵਾਲੀਆਂ ਥੋੜ੍ਹੀ ਦੇਰ ਨੂੰ। ਇਹ 'ਚ ਆਪਾਂ ਪਾ ਰਹੇ ਹਾਂ ਥੋੜ੍ਹਾ ਜਿਹਾ ਓਰਗਾਨੋ, ਦੋ ਕੁ ਚਮਚੇ, ਔਰ ਮੈਂ 'ਚ ਪਾ ਰਹੇ ਹਾਂ ਚੌਪ ਕਰਕੇ ਦਿਖ ਰਿਹਾ ਸਨ ਡਰਾਈ ਟਮਾਟੋ। ਸੂਰਜ ਸੇ ਸੁੱਕੇ ਹੋਏ ਟਮਾਟਰ ਆਪਾਂ ਚੌਪ ਕਰਕੇ ਪਾਤੇ ਆ 3 ਤੋਂ 4, ਇਹਨਾਂ ਫਲੇਵਰ ਬਹੁਤ ਵਧੀਆ ਆਉਂਦਾ। ਮਿਕਸ ਕਰ ਦਿੰਦੇ ਇਹਨਾਂ ਨੂੰ, ਅਤੇ ਨਾਲ ਹੀ ਹੁਣ ਇਹ 'ਚ ਪਾ ਦਿੰਦੇ ਆਪਣੇ ਥੋੜ੍ਹੇ ਜਿਹੇ ਮਸਾਲੇ। ਜਿੱਦਾਂ ਕਿ ਕਿਹਾ ਆਪਣਾ ਹੁਣ ਦੇਸੀ ਹਿਸਾਬ ਨਾਲ ਪਾ ਰਹੇ ਹਾਂ, ਅਤੇ ਮਿਰਚ ਜਿੰਨੇ ਵੀ ਘੱਟ ਜ਼ਿਆਦਾ ਖਾਣਾ ਚਾਹੁੰਦੇ ਹੋ, ਥੋੜ੍ਹੀ ਜਿਹੀ ਸਵੀਟ ਪੈਪਰਿਕਾ। ਅਤੇ ਆਪਣਾ ਇੰਡੀਅਨ ਖਾਣਾ ਤੱਤੇ ਮਸਾਲੇ ਬਣ ਤਾਂ ਬਣਨਾ ਨਹੀਂ, ਆਪਾਂ ਪਾਵਾਂਗੇ ਤੱਤਾ ਮਸਾਲਾ, ਜਾਣੀ ਕਿ ਗਰਮ ਮਸਾਲਾ, ਅਤੇ ਥੋੜ੍ਹਾ ਜਿਹਾ ਪਾਵਾਂਗੇ ਲੂਣ ਕਿਉਂਕਿ ਲੂਣ ਸਾਡਾ ਆਲਰੇਡੀ ਪਾਸਤੇ 'ਚ ਜੋ ਉਬਾਲਣ ਲੱਗੇ ਵੀ ਪਾਇਆ ਆ, ਕਿਉਂਕਿ ਕੱਲ੍ਹ ਕੰਪਲੇਨ ਸੀਗੀ ਕਿ ਲੂਣ ਜ਼ਿਆਦਾ ਹੋ ਗਿਆ, ਕਹਿੰਦੇ ਲੂਣ ਘਰ 'ਚ ਜ਼ਿਆਦਾ ਆ ਗਿਆ, ਤਾਂ ਇਸ ਲਈ ਆਪਾਂ ਅੱਜ ਲੂਣ ਘੱਟ ਪਾਇਆ, ਜਿਹਨੂੰ ਲੋੜ ਹੋਏਗੀ ਉੱਤੋਂ ਪਾ ਸਕਦੇ। ਇਹਨੂੰ ਚੰਗੀ ਤਰ੍ਹਾਂ ਮਿਲਾ ਲੈਂਦੇ ਹਾਂ, ਹਲਦੀ ਆਪਾਂ ਨਹੀਂ ਪਾਉਣੀ ਹੈ, ਨਹੀਂ ਤਾਂ ਤੁਹਾਡੀ ਜਿਹੜਾ ਪਾਸਤਾ ਆ ਉਹ ਪੀਲਾ ਪੀਲਾ ਬਣੇਗਾ। ਅਤੇ ਨੂਡਲਸ ਆਪਣੀ ਉਬਲ ਗਈਆਂ, ਅਤੇ ਜਿਹੜਾ ਆਪਣਾ ਜਦੋਂ ਹੁਣ ਇਹ ਗਾੜਾ ਆ ਥੋੜ੍ਹਾ ਜਿਹਾ ਉਹਨੂੰ ਹਲਕਾ ਕਰਨ ਲਈ ਤੁਸੀਂ ਜਿਹੜਾ ਨੂਡਲ ਦਾ ਹੀ ਪਾਣੀ ਹੈ ਉਹ ਯੂਜ਼ ਕਰ ਸਕਦੇ ਹੋ, ਉਹਦੇ ਨਾਲ ਕੀ ਹੈ ਥੋੜ੍ਹਾ ਉਹ 'ਚ ਸਟਾਰਚ ਹੁੰਦਾ, ਉਹਦੇ ਨਾਲ ਵਧੀਆ ਫਲੇਵਰ ਵੀ ਆਉਂਦਾ, ਔਰ ਇਹ ਥੋੜ੍ਹਾ ਜਿਹਾ ਵਧੀਆ ਟੈਕਸਚਰ ਬਣ ਜਾਂਦਾ ਇਹਦਾ। ਬਹੁਤ ਜ਼ਿਆਦਾ ਵੀ ਨਹੀਂ ਪਾਉਣਾ, ਥੋੜ੍ਹਾ ਜਿਹਾ ਹੋਰ ਪਾ ਲੈਂਦੇ ਹਾਂ। ਇਹਨੂੰ ਥੋੜ੍ਹੀ ਦੇਰ ਉਬਲਣ ਦਾਂਗੇ, ਪੱਕ ਜਾਏਗਾ ਵਧੀਆ ਤਰੀਕੇ ਨਾਲ, ਫਿਰ ਆਪਾਂ ਆਪਣਾ ਨੂਡਲ ਨੂੰ ਦੇਖ ਲੈਂਦੇ ਹਾਂ ਬਣੀ ਕਿ ਨਹੀਂ। ਫਸਟ ਕਲਾਸ ਬਣ ਗਈ ਹੈ, ਗੁੱਡ। ਹੁਣ ਇਹਦਾ ਪਾਣੀ ਸਟੇਨ ਕਰ ਲੈਂਦੇ ਆਪਾਂ। ਆਪਣੀ ਸਬਜ਼ੀ ਬਣ ਗਈ ਹੈ, ਪਾਸਤਾ ਉਬਲ ਗਿਆ, ਆਪਾਂ ਇਹ ਦੋਨਾਂ ਨੂੰ ਮਿਕਸ ਕਰ ਦਿੰਦੇ ਹਾਂ, ਅਤੇ ਉਹਦੇ ਬਾਅਦ ਆਨੰਦ ਮੰਗਲ ਨਾਲ ਛਕਾਂਗੇ। ਓਹੋ ਇੰਨੀ ਵੀ ਕਾਹਲੀ ਕਾਹਲੀ ਆ ਭਾਈ, ਸਬਜ਼ੀ ਪਾ ਦਿਓ ਇਹਦੇ ਵਿੱਚ। ਜੇ ਤੁਸੀਂ ਚੀਜ਼ ਪਸੰਦ ਕਰਦੇ ਹੋ ਤਾਂ ਇਹ 'ਚ ਗ੍ਰੇਟ ਕਰਕੇ ਚੀਜ਼ ਵੀ ਪਾ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ,
ਮੈਂ ਇਹ 'ਚ ਥੋੜ੍ਹਾ ਜਿਹਾ ਪਾਣੀ ਰਹਿਣ ਦਿੱਤਾ ਸੀ ਨੂਡਲਸ 'ਚ, ਉਹਦੇ ਨਾਲ ਕੀ ਹੈ ਜਿਹੜਾ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਸਬਜ਼ੀ ਦਾ ਜਿਹੜਾ ਫਲੇਵਰ ਹੈ ਨੂਡਲਸ 'ਚ ਚੰਗੀ ਤਰ੍ਹਾਂ ਸੋਕ ਹੋ ਜਾਏਗਾ। ਥੋੜ੍ਹੀ ਦੇਰ ਇਹਨੂੰ ਹੋਰ ਪਕਾਵਾਂਗੇ, ਜਿਹੜਾ ਪਾਣੀ ਜਿਹੜਾ ਆ ਉਹ ਸੁੱਕ ਜਾਏਗਾ ਇੱਕ ਤਾਂ, ਔਰ ਦੂਜਾ ਜਿਹੜਾ ਇਹਦਾ ਫਲੇਵਰਸ ਹੈ ਉਹ ਨੂਡਲ ਦੇ ਅੰਦਰ ਚਲੇ ਜਾਣਗੇ। ਇਹਨੂੰ ਥੋੜ੍ਹੀ ਦੇਰ ਹੋਰ ਉਬਲਣ ਦਾਂਗੇ ਜਾਂ ਪੱਕਣ ਦਾਂਗੇ, ਥੋੜ੍ਹਾ ਜਿਹੜਾ ਇਹਦਾ ਪਾਣੀ ਥੋੜ੍ਹੇ ਸੁਕਾ ਲੈਂਦੇ ਹਾਂ, ਕਿ ਨਹੀਂ ਤਾਂ ਬਹੁਤ ਡਰਾਈ ਵੀ ਅੱਛੀ ਨਹੀਂ ਲੱਗਦੀ। ਥੋੜ੍ਹੀ ਜਿਹੀ ਜਿੱਦਾਂ ਦੇਸੀ ਹਿਸਾਬ ਨਾਲ ਰਸ ਮਿਸੀ ਜਿਹੀ ਵਧੀਆ ਲੱਗਦੀ ਹੈ। ਆ ਜੀ ਆਪਣਾ ਪਾਸਤਾ ਬਣ ਕੇ ਰੈਡੀ। ਹਾਂਜੀ ਵਰਲਡ ਦੇ ਪਾਪਿਓ, ਅਤੇ ਆਪਣੀ ਨੂਡਲ ਤਿਆਰ ਹੋ ਗਈ ਹੈ, ਅਤੇ ਪਲੀਜ਼ ਇੱਦਾਂ ਦੀਆਂ ਨੂਡਲਾਂ ਬਣਾਓ ਅਤੇ ਖਾਓ ਅਤੇ ਖਵਾਓ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟਸ ਦੇਣਾ ਨਹੀਂ ਭੁੱਲਣਾ। ਇਹ ਤੁਸੀਂ ਕੰਮ ਨਹੀਂ ਕਰਦੇ, ਰੋਟੀ ਪਾਣੀ ਖਾ ਕੇ ਨਾ ਇਹ ਕੰਮ ਜ਼ਰੂਰ ਕਰਨਾ ਆ। ਚੰਗਾ, ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਬਹੁਤ ਹੀ ਜਲਦੀ। ਥੈਂਕ ਯੂ ਵੈਰੀ ਮੱਚ।